ਹੈਲੋ ਹਾਂ ਦੀ ਸਾਰਿਆਂ ਨੂੰ ਅੱਜ ਸੀਗੀ ਆਪਾਂ ਨੂੰ ਛੁੱਟੀ ਤੇ ਆਪਾਂ ਗਏ ਸਾਰੇ ਆਪਣੇ ਫਰੈਂਡਸ ਸਾਰੇ ਸੋਚੇ ਅੱਜ ਛੁੱਟੀ ਆ ਘੁੰਮ ਫਿਰਨ ਜਾਣੇ ਆ ਪਹਾੜਾਂ ਤੇ ਹਰਿਆਲੀ 'ਚ ਥੋੜਾ ਕਿਉਂਕਿ ਗ੍ਰੀਨ ਮੰਡੇ ਸੀਗਾ ਤੇ ਆਪਾਂ ਘਰੋਂ ਤੁਰ ਪਏ ਤਾਂ ਅੱਗਿਆ ਸੋਹਣਾ ਵੈਦਰ ਆ ਗਿਆ ਰੋਡ ਵੀ ਥੋੜਾ ਜਿਹਾ ਖਰਾਬ ਸੀਗਾ ਕੱਚਾ ਰੋਡ ਜਿਹਨੂੰ ਕਹਿ ਦਿੰਦੇ ਆ ਤੇ ਸਾਰੇ ਆਪਾਂ ਗਏ ਸੀਗੇ ਬਾਈਕਸ ਤੇ ਆਪੋ ਆਪਣੀਆਂ ਤੇ ਜਿੱਥੇ ਆਪਾਂ ਜਾ ਰਹੇ ਆ ਇੱਧਰ ਬਹੁਤ ਸੋਹਣੀ ਲੇਕ ਆ ਇੱਥੇ ਆਪਾਂ ਆਪਣੀਆਂ ਬਾਈਕਸ ਲਗਾ ਲਈਆਂ ਸਾਰਿਆਂ ਨੇ ਤੇ ਸਾਰੇ ਜਣੇ ਉਹ ਸਾਹਮਣੇ ਖੜ ਗਏ ਆ ਇੱਥੋਂ ਦੇ ਲੋਕ ਬਹੁਤ سارے ਲੋਕ ਵੀ ਸੀ ਬਹੁਤ ਜਾਣੇ ਰਾਸਤੇ 'ਚ ਵੀ ਸੀ ਤੇ ਆਪਣੇ ਸਾਰਿਆਂ ਨੇ ਪੰਜਾਬੀ ਆਪਣੇ ਬੰਦਿਆਂ ਨੇ ਚਾਦਰਾਂ ਵਿਛਾ ਕੇ ਥੱਲੇ ਗਿਆ ਬੈਠ ਤੇ ਅੱਗ ਬਾਲਣ ਦੀ ਤਿਆਰੀ 'ਚ ਲੱਗੇ ਹੋਏ ਆ ਕੋਲੇ ਬਾਲ ਰਹੇ ਆ ਜੋ ਸਮਾਨ ਲੈ ਕੇ ਆਂਦਾ ਸੀ ਥੋੜਾ ਬਹੁਤਾ ਖਾ ਰਹੇ ਆ ਤੇ ਨਿਊਡਲ ਪਾਸਤਾ ਬਣਾ ਕੇ ਲੈ ਕੇ ਆਂਦਾ ਸੀਗਾ ਬਾਕੀ ਆ ਕੋਲੇ ਆ ਕੋਲੇ ਬਾਲਦੇ ਪਏ ਮੈਂ ਸੀਗਾ ਮੇਰੇ ਫਰੈਂਡਸ ਸੀਗੇ ਅੱਜ ਤੇ ਬਹੁਤ ਸੋਹਣਾ 뷰 ਸੀਗਾ ਲੇਕ ਸੀਗੀ ਤੇ ਆ ਫੇਰ ਲੱਗੇ ਹੋਏ ਆ ਕੁੜੀਆਂ ਖਾਣ ਪੀਣ ਤੇ ਆ ਆਪਣਾ ਮੁੰਡਾ ਲੱਗਾ ਆ ਵਾ ਬਣਾਉਣ ਤੇ ਆ ਮੈਂ ਆਪ ਖੁਦ ਲੱਗਾ ਨਿੱਕੇ ਜਿਹਾ ਸਿਲੰਡਰ ਤੇ ਥੋੜਾ ਜਿਹਾ ਪਾਸਤਾ ਗਰਮ ਕਰਦਾ ਪਿਆ ਸੀਗਾ ਤੇ ਆ ਦੂਸਰਾ ਆਪਣਾ ਮੁੰਡਾ ਲਾਈ ਜਾਂਦਾ ਪਨੀਰ ਨੂੰ ਮੱਖਣ ਤੇ ਨਾਲ ਲਾਇਆ ਥੋੜਾ ਜਿਹਾ ਚਿਕਨ ਤੇ ਮੈਂ ਪਰਲੀ ਸਾਈਡ ਤੇ ਨਿਊਟਰਲ ਗਰਮ ਕਰਦਾ ਪਿਆ ਥੋੜੇ ਛੋਟਾ ਗਾਏ ਸੀਗਾ ਆਪਣੇ ਕੋਲੇ ਨਾਲ ਡਰਿੰਕਸ ਲੈ ਕੇ ਆਂਦੀ ਆ ਸੀਗੇ ਆ ਉਸ ਤੋਂ ਬਾਅਦ ਇੱਥੇ ਰੇਨਿੰਗ ਆ ਗਈ ਤੇ ਆਪਾਂ ਸਾਰੇ ਸੋਚਦੇ ਪਿਓ ਸਾਹਮਣੇ ਟਨਲ ਆ ਸਮਾਨ ਚੱਕ ਕੇ ਸਾਰਾ ਉਹਦੇ ਵਿੱਚ ਲੈ ਜਾਈਏ ਤੇ ਹੁਣ ਆਪਾਂ ਤਿਆਰੀ ਕਰਦੇ ਪਿਓ ਉਧਰ ਨੂੰ ਜਾਣ ਦੀ ਆ ਸਾਰਾ ਸਮਾਨ ਹੋਲੀ-ਵਲੀ ਆਪਾਂ ਪੈਕ ਕਰਨ ਦੇ ਆ ਪੈਕ ਕਰ ਲਿਆ ਇਕੱਠਾ ਕਰ ਲਿਆ ਬਾਕੀ ਆ ਕੁਲੇ ਤੇ ਹੁੱਕਾ ਰਹਿ ਗਿਆ ਵਾ ਇਹ ਬਾਅਦ ਚ ਲੈ ਕੇ ਜਾਵਾਂਗੇ ਅੱਜ ਤੇ ਰੇਨਿੰਗ ਆ ਥੋੜਾ ਥੋੜਾ ਸੋਹਣਾ ਹੈ ਵੈਦਰ ਵੀ ਨਾਲ-ਨਾਲ ਆਪਾਂ ਤੁਹਾਨੂੰ ਦਿਖਾ ਰਹੇ ਆ ਰੇਨਿੰਗ ਹੋ ਰਹੀ ਥੋੜੀ-ਥੋੜੀ ਤੇ ਇੱਥੇ ਰੇਨਿੰਗ ਦੇ ਵਿੱਚ ਸਮਾਨ ਚੱਕਣ ਤੋਂ ਪਹਿਲਾਂ ਆਪਾਂ ਥੋੜਾ ਸ਼ਾਰਟ ਵਿੱਚ ਪਾ ਕੇ ਇਹਦੇ ਵੀਡੀਓ ਵੀ ਬਣਾਉਣੀ ਆ ਰੇਨਿੰਗ ਦੇ ਵਿੱਚ ਥੋੜੀ ਥੋੜੀ ਇਹਦਾ ਵੀਡੀਓ ਪਾ ਦਈਏ ਵਿੱਚ ਆ ਰੇਨ ਹੋ ਰਹੀ ਆ ਇੱਥੇ ਈਚ ਬਹੁਤ ਸੋਹਣਾ ਸੀਗਾ ਈਚ ਨਹੀਂ ਸੋਰੀ ਲੇਕ ਇੱਥੇ ਆਪਾਂ ਪਹਿਲੀ ਵਾਰ ਹੀ ਗਏ ਆ ਬਹੁਤ ਲੋਕ ਜਾਂਦੇ ਆ ਇਸ ਵੀ ਸੁਣਿਆ ਵੀ ਜਾਣਦੇ ਆ ਫਿਰ ਆਪਾਂ ਇੱਥੇ ਉਹ ਸਮਾਨ ਆਪਣਾ ਇਕੱਠਾ ਕੀਤਾ ਆ ਟਨਲ ਦੇ ਵਿੱਚ ਬੈਠ ਕੇ ਬਾਹਰ ਦੀ ਵੀਡੀਓ ਬਣਾਈ ਸੀਗੀ ਅੰਦਰ ਆਪਾਂ ਬੈਠ ਗਏ ਸੀ ਕਿ ਸਾਰੇ ਟਨਲ ਚ ਉੱਤੋਂ ਦੀ ਰੋਡ ਲੰਘਦਾ ਸੀ ਆ ਇੱਥੇ ਆਪਾਂ ਆਪਣਾ ਲਾ ਲਿਆ ਫਿਰ ਅੱਗ ਬਾਲ ਕੇ ਚਿਕਨ ਸਟਾਰਟ ਕਰਨ ਲੱਗ ਪਏ ਸਾਰਾ ਕੁਝ ਅੰਦਰ ਚੱਲ ਪਈ ਮਸਤੀ ਸਾਰੇ ਜਾਨੇ ਆਪਾਂ ਫਿਰ ਥੋੜਾ ਬਹੁਤ ਇੰਜੋਏ ਕੀਤਾ ਨੱਚੇ ਸੀਗੇ ਡਾਂਸ ਕੀਤਾ ਥੋੜਾ ਥੋੜਾ ਤੇ ਇੰਜੋਇਮੈਂਟ ਕੀਤਾ ਤੇ ਇੱਥੇ ਆ ਤਾੜੀਆਂ ਮਾਰੀ ਜਾਂਦੇ ਆ ਇੰਜੋਏ ਕਰ ਰਹੇ ਡਾਂਸ ਕਰਦੇ ਪਏ ਆ ਸਾਡੇ ਕੋਸ਼ਕ ਕਮਲੇ ਜਾਨੇ ਹੈਗੇ ਆ ਤੇ ਬਾਰ ਬਹੁਤ ਜ਼ਿਆਦਾ ਰੇਨ ਹੋ ਰਹੀ ਸੀ ਇਸ ਤੋਂ ਬਾਅਦ ਫਿਰ ਆਪਾਂ ਤੁਰ ਪਏ ਆ ਬਹੁਤ ਸੋਹਣਾ ਵੈਦਰ ਸੀਗਾ ਸਮਾਲ ਸਟਰੀਟ ਸੀ ਸਾਰੇ ਜਾਨੇ ਜਾ ਰਹੇ ਆ ਆਸ-ਪਾਸ ਦੀਆਂ ਪਹਾੜੀਆਂ weather ਇੰਨਾ ਜ਼ਿਆਦਾ ਸੋਹਣਾ ਸੀਗਾ ਰੇਨ ਤੋਂ ਬਾਅਦ ਫੇਰ ਠੰਡ ਹੋ ਗਈ ਜਦੋਂ ਇੱਥੇ ਆਏ ਉਦੋਂ ਗਰਮੀ ਸੀਗੀ ਤੇ ਰਸਤੇ ਦੇ ਵਿੱਚ ਮੀਂਹ ਦੇ ਵਿੱਚ ਤਾਂ ਇੰਨੇ ਜ਼ਿਆਦਾ ਗੜੇ ਪੈ ਗਏ برف ਪੈ ਗਈ ਜਦ ਕਿ ਗਰਮੀ ਸੀਗੀ ਤੇ ਗੜੇ ਪੈ ਗਏ ਇੰਨੇ ਕੁ ਜ਼ਿਆਦਾ ਗੜੇ ਪਏ ਸੀਗੇ ਕਿ ਜਿੱਦਾਂ ਕਿ 스노우 ਫਾਲ ਹੋਈ ਹੁੰਦੀ ਆ ਤੇ ਆਪਣੇ ਮੁੰਡੇ ਫੇਰ ਰਸਤੇ 'ਚ ਕਹਿੰਦੇ ਇਹ ਫੋਟੋਆਂ ਖਿੱਚਣੀਆਂ ਵੀਡੀਓ ਬਣਾਉਣੀ ਆ ਰਸਤੇ 'ਚ ਇਹ ਫੋਟੋ ਖਿੱਚਣ ਲੱਗ ਪਏ ਵੀਡੀਓ ਬਣਾਉਣ ਲੱਗ ਪਏ ਜਦ ਕਿ ਰੇਨ ਹੋ ਰਹੀ ਸੀ ਗੜੇ ਚਲੋ ਥੋੜੇ ਰੁਕ ਗਏ ਸੀਗੇ ਤੇ ਇਹਨਾਂ ਨੂੰ ਆਪਾਂ ਕਹਾਂ ਜਲਦੀ ਚੱਲੀਏ ਬੋਲ ਜਿਆਦਾ ਠੰਡ ਆ ਘਰੇ ਚੱਲਦੇ ਆ ਘਰੇ ਜਾ ਕੇ ਚਾਹ ਵਗੈਰਾ ਪੀਨੇ ਆ ਤਾਂ ਕਹਿੰਦੇ ਨਹੀਂ ਐਸੀ ਵੀਡੀਓ ਬਣਾਉਣੀ ਆ ਉਸ ਤੋਂ ਬਾਅਦ ਆ ਦੇਖੋਗੀ ਰੋਡ ਤੇ ਇੰਨੀ ਕੁ ਜਿਆਦਾ ਬਰਫ਼ ਪੈ ਚੁੱਕੀ ਸੀਗੀ ਜਦ ਕਿ ਇੱਥੇ ਕਦੇ ਬਰਫ਼ ਪੈਂਦੀ ਨਹੀਂ ਇਹ ਸਿਰਫ ਗੜੇ ਆ ਬਰਫ਼ ਨਹੀਂ ਗੀ ਇੰਨੇ ਜਿਆਦਾ ਗੜੇ ਪੈ ਚੁੱਕੇ ਆ ਤੇ ਕਈ ਥਾਵਾਂ ਤੇ ਤਾਂ ਬਹੁਤ ਜਿਆਦਾ ਪਾਣੀ ਖੜਿਆ ਹੋਇਆ ਸੀਗਾ ਬਹੁਤ ਜ਼ਿਆਦਾ ਪਾਣੀ ਖੜਿਆ ਸੀਗਾ ਕਿ ਆਪਣੀਆਂ ਸਕੂਟਰੀਆਂ ਵੀ ਜੋ ਲੰਘਦੀ ਅਸੀਂ ਸਾਈਡ ਤੋਂ ਲੰਗਾਉਣੀਆਂ ਪੈਂਦੀਆਂ ਸੀ ਇੱਕ ਮੁੰਡੇ ਆਪਣੀ ਦੀ ਸਕੂਟਰੀ ਵਿੱਚ ਸੀ ਹੀ ਅੱਧ ਤੋਂ ਜ਼ਿਆਦਾ ਡੁੱਬ ਗਈ ਸੀ ਗੱਡੀਆਂ ਵੀ ਇੱਕ ਦੋ ਡੁੱਬੀਆਂ ਪਈਆਂ ਸੀਗੀਆਂ ਬਟ ਨਹੀਂ ਪਤਾ ਚੱਲਿਆ ਆਪਾਂ ਰਸਤੇ 'ਚ ਰੁਕੇ ਸੀਗੇ ਇੱਥੇ ਵੀ ਬਹੁਤ ਜ਼ਿਆਦਾ ਬਰਫ਼ ਪਈ ਹੋਈ ਸੀਗੀ ਕਿਉਂਕਿ ਰੇਨਿੰਗ ਜ਼ਿਆਦਾ ਹੋ ਚੁੱਕੀ ਸੀ